ਜੋ ਕੱਲ ਵਰਤਾਰਾ ਹੋਇਆ ਵਤੀਰਾ ਹੋਇਆ ਸਾਡੇ ਤੋਂ ਜੋ ਵੀ ਗਲਤੀ ਹੋਈ ਹੈ ਅਸੀਂ ਮਾਫੀ ਚਾਹੁੰਦੇ ਹਾਂ ਸਿੱਖ ਸੰਗਤ ਤੋਂ। ਪਰਵਿੰਦਰ ਝੋਟਾ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਲਾ ਵਿਵਾਦ ਵਧਦਾ ਜਾ ਰਿਹਾ ਹੈ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਝੋਟਾ ਦੇ ਵਤੀਰੇ ਤੇ ਹਾਲੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਪਰ ਝੋਟਾ ਨੇ ਹੁਣ ਇੱਕ ਵਾਰ ਫਿਰ ਤੋਂ ਵੀਡੀਓ ਪਾ ਕੇ ਜਥੇਦਾਰ ਤੋਂ ਮੁਆਫੀ ਮੰਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਵਸੇ ਮੈਂ ਉੱਜੜਾਂ, ਮਨ ਚਾਓ ਕਨੇਰਾ। ਜੋ ਕੱਲ ਵਰਤਾਰਾ ਹੋਇਆ ਵਤੀਰਾ ਹੋਇਆ ਸਾਡੇ ਤੋਂ, ਅਸੀਂ ਉਸ ਲਈ ਪੂਰੇ ਪੰਥ ਤੋਂ, ਸਿੱਖ ਪੰਥ ਤੋਂ, ਅਕਾਲ ਤਖ਼ਤ ਸਾਹਿਬ ਤੋਂ ਤੇ ਪਦਵੀ ਤੋਂ, ਜੋ ਸਾਥੋਂ ਜੋ ਵੀ ਗਲਤੀ ਹੋਈ ਹੈ ਅਸੀਂ ਮਾਫੀ ਚਾਹੁੰਦੇ ਹਾਂ ਸਿੱਖ ਸੰਗਤ ਤੋਂ। ਅੱਗੇ ਬਾਬਾ ਜੀ ਜੋ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡੇ ਸਿੱਖਾਂ ਦੇ ਬੱਚਿਆਂ ਦੇ ਜਿਹੜੇ ਜਜ਼ਬਾਤ ਨੇ ਉਹ ਧੁਰ ਅੰਦਰ ਤੱਕ ਜੁੜੇ ਹੋਏ ਨੇ, ਇਸ ਕਰਕੇ ਉਹ ਕਈ ਵਾਰੀ ਆਪੇ ਤੋਂ ਬਾਹਰ ਹੋ ਜਾਂਦੇ ਨੇ। ਉਹਨਾਂ ਦੇ ਸਵਾਲ ਨੇ ਕੌਮ ਦੇ ਜਥੇਦਾਰਾਂ ਤੋਂ, ਕਿਉਂਕਿ ਸਾਡੀ ਜਿਹੜੀ ਸਿੱਖ ਪੰਥ ਦੀ ਸਰਮੌਰ ਹੁੰਦੀ ਆ ਉਹ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਹੁੰਦੇ ਨੇ। ਇਸ ਕਰਕੇ ਉਹਨਾਂ ਦੀ ਅਪਣੱਤਤਾ ਤੇ ਇਸ ਕਰਕੇ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ। ਸੋ ਇਸ ਨੌਜਵਾਨ ਦਾ ਜਿਹੜਾ ਮਾਨਸਿਕ ਤੌਰ ਤੇ ਇਹਦੇ ਮਨ ਚ ਕੋਈ ਏਦਾਂ ਦੀ ਗੱਲ ਨਹੀਂ ਕਿ ਕਿਸੇ ਪਦਵੀ ਦੀ, ਕਿਸੇ ਜਥੇਦਾਰ ਦੀ ਬੇਪਤੀ ਕਰਨੀ ਹੈ ਜਾਂ ਇੰਸਲਟ ਕਰਨੀ ਹੈ, ਏਦਾਂ ਦੀ ਕੋਈ ਮਨਸ਼ਾ ਨਹੀਂ ਸੀ ਹੈਗੀ। ਪਰ ਇਹ ਉਹ ਸਮਾਂ ਤੇ ਉਹ ਗੱਲ ਲਈ ਇਹਨਾਂ ਨੇ ਜੋ ਕਿਹਾ ਆ ਖਾਲਸਾ ਪੰਥ ਤੋਂ, ਅਕਾਲ ਤਖ਼ਤ ਸਾਹਿਬ ਤੋਂ ਇਹਨਾਂ ਨੇ ਮਾਫੀ ਮੰਗੀ ਆ। ਸਿੱਖ ਸੰਗਤ ਜਿਹੜੀ ਆ ਉਹ ਬਹੁਤ ਵੱਡੀ ਆ, ਪੰਥ ਹੀ ਵੱਡਾ ਹੈ ਤੇ ਇਹ ਪੰਥ ਦੇ ਬੱਚੇ ਨੇ, ਤੇ ਇਸ ਕਰਕੇ ਜੋ ਇਹਨਾਂ ਨੇ ਕਿਹਾ ਆ ਪੰਥ ਤੇ ਗੌਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਤੋਂ ਪਹਿਲਾਂ ਪਰਵਿੰਦਰ ਝੋਟਾ ਨੇ ਇੱਕ ਪੋਸਟ ਪਾ ਕੇ ਜਥੇਦਾਰ ਹਰਪ੍ਰੀਤ ਸਿੰਘ ਤੋਂ ਮੁਆਫੀ ਮੰਗੀ ਸੀ। ਆਪਣੀ ਪੋਸਟ ਚ ਝੋਟਾ ਨੇ ਤਰਕ ਦਿੱਤਾ ਸੀ ਕਿ ਉਸ ਨੇ ਵੇਗ ਚਾ ਕੇ ਜਥੇਦਾਰ ਨੂੰ ਸਵਾਲ ਕੀਤੇ। ਝੋਟਾ ਨੇ ਲਿਖਿਆ ਸੀ ਕਿ ਅਕਾਲ ਤਖ਼ਤ ਸਾਹਿਬ ਸੁਪਰੀਮ ਪਾਵਰ ਹੈ ਅਤੇ ਉੱਥੇ ਸੇਵਾ ਕਰ ਰਹੇ ਹਰ ਇੱਕ ਸਿੰਘ ਅੱਗੇ ਉਸ ਸੀਸ ਝੁਕਾਉਂਦਾ ਹੈ, ਅਤੇ ਜੇਕਰ ਅੱਜ ਜਦੋਂ ਜਥੇਦਾਰ ਤੋਂ ਉਸ ਨੇ ਸਵਾਲ ਪੁੱਛੇ ਤੇ ਵੇਗ ਚਾ ਕੇ ਸਵਾਲ ਪੁੱਛਣ ਵੇਲੇ ਜੇਕਰ ਉਸ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਉਹ ਮੁਆਫੀ ਚਾਹੁੰਦਾ ਹੈ। ਉਧਰ ਹੁਣ ਇਸ ਮਾਮਲੇ ਤੇ ਝੋਟਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਵਸੇ ਮੈਂ ਉੱਜੜਾਂ, ਮਨ ਚਾਓ ਕਨੇਰਾ। ਜੋ ਕੱਲ ਵਰਤਾਰਾ ਹੋਇਆ ਵਤੀਰਾ ਹੋਇਆ ਸਾਡੇ ਤੋਂ, ਅਸੀਂ ਉਸ ਲਈ ਪੂਰੇ ਪੰਥ ਤੋਂ, ਸਿੱਖ ਪੰਥ ਤੋਂ, ਅਕਾਲ ਤਖ਼ਤ ਸਾਹਿਬ ਤੋਂ ਤੇ ਪਦਵੀ ਤੋਂ, ਜੋ ਸਾਥੋਂ ਜੋ ਵੀ ਗਲਤੀ ਹੋਈ ਹੈ ਅਸੀਂ ਮਾਫੀ ਚਾਹੁੰਦੇ ਹਾਂ ਸਿੱਖ ਸੰਗਤ ਤੋਂ। ਅੱਗੇ ਬਾਬਾ ਜੀ ਜੋ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡੇ ਸਿੱਖਾਂ ਦੇ ਬੱਚਿਆਂ ਦੇ ਜਿਹੜੇ ਜਜ਼ਬਾਤ ਨੇ ਉਹ ਧੁਰ ਅੰਦਰ ਤੱਕ ਜੁੜੇ ਹੋਏ ਨੇ, ਇਸ ਕਰਕੇ ਉਹ ਕਈ ਵਾਰੀ ਆਪੇ ਤੋਂ ਬਾਹਰ ਹੋ ਜਾਂਦੇ ਨੇ। ਉਹਨਾਂ ਦੇ ਸਵਾਲ ਨੇ ਕੌਮ ਦੇ ਜਥੇਦਾਰਾਂ ਤੋਂ, ਕਿਉਂਕਿ ਸਾਡੀ ਜਿਹੜੀ ਸਿੱਖ ਪੰਥ ਦੀ ਸਰਮੌਰ ਹੁੰਦੀ ਆ ਉਹ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਹੁੰਦੇ ਨੇ। ਇਸ ਕਰਕੇ ਉਹਨਾਂ ਦੀ ਅਪਣੱਤਤਾ ਤੇ ਇਸ ਕਰਕੇ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ। ਸੋ ਇਸ ਨੌਜਵਾਨ ਦਾ ਜਿਹੜਾ ਮਾਨਸਿਕ ਤੌਰ ਤੇ ਇਹਦੇ ਮਨ ਚ ਕੋਈ ਏਦਾਂ ਦੀ ਗੱਲ ਨਹੀਂ ਕਿ ਕਿਸੇ ਪਦਵੀ ਦੀ, ਕਿਸੇ ਜਥੇਦਾਰ ਦੀ ਬੇਪਤੀ ਕਰਨੀ ਹੈ ਜਾਂ ਇੰਸਲਟ ਕਰਨੀ ਹੈ, ਏਦਾਂ ਦੀ ਕੋਈ ਮਨਸ਼ਾ ਨਹੀਂ ਸੀ ਹੈਗੀ। ਪਰ ਇਹ ਉਹ ਸਮਾਂ ਤੇ ਉਹ ਗੱਲ ਲਈ ਇਹਨਾਂ ਨੇ ਜੋ ਕਿਹਾ ਆ ਖਾਲਸਾ ਪੰਥ ਤੋਂ, ਅਕਾਲ ਤਖ਼ਤ ਸਾਹਿਬ ਤੋਂ ਇਹਨਾਂ ਨੇ ਮਾਫੀ ਮੰਗੀ ਆ। ਸਿੱਖ ਸੰਗਤ ਜਿਹੜੀ ਆ ਉਹ ਬਹੁਤ ਵੱਡੀ ਆ, ਪੰਥ ਹੀ ਵੱਡਾ ਹੈ ਤੇ ਇਹ ਪੰਥ ਦੇ ਬੱਚੇ ਨੇ,
ਤੇ ਇਸ ਕਰਕੇ ਜੋ ਇਨ੍ਹਾਂ ਨੇ ਕਿਹਾ ਆ ਪੰਥ ਇੱਥੇ ਗੌਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਬੀਤੇ ਦਿਨੀ ਪਰਮਿੰਦਰ ਸਿੰਘ ਚੋਟਾ ਨੇ ਜਥੇਦਾਰ ਨੂੰ ਘੇਰ ਕੇ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਸੀ, ਜਿੱਥੇ ਦੋਵਾਂ ਵਿਚਾਲੇ ਤਲਖੀ ਵੀ ਦੇਖਣ ਨੂੰ ਮਿਲੀ ਸੀ। ਉਧਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਚੋਟਾ ਦੇ ਖਿਲਾਫ ਅਤੇ ਹੱਕ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਸੀ, ਜਦਕਿ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਵੀ ਪਰਵਿੰਦਰ ਚੋਟਾ ਨੂੰ ਵਰਜਨਾ ਕੀਤੀ ਸੀ, ਜਿਸ ਤੋਂ ਬਾਅਦ ਹੁਣ ਪਰਵਿੰਦਰ ਚੋਟਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੁਆਫੀ ਮੰਗ ਲਈ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।